ਹੈਲੋ ਜੀ, ਸਤਿ ਸ਼੍ਰੀ ਅਕਾਲ। ਹੋਰ ਕਿਵੇਂ? ਠੀਕ ਠਾਕ ਹੋ ਸਾਰੇ ਜਾਣੀ? ਹਾਂਜੀ, ਅੱਜ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ, ਸਭ ਕਰਦੇ ਹਾਂ ਸ੍ਰੀ ਮੁਕਤਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਹਾਂ। ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ, ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ, ਉਸ ਦੇ ਉੱਪਰ ਤੁਸੀਂ ਕਰ ਦੇਣਾ ਵਟਸਐਪ ਮੈਸੇਜ। ਅਗਰ ਅਸੀਂ ਵੀਡੀਓ ਦੇ ਵਿੱਚ ਕਿਸੇ ਵੀ ਸੂਟ ਦਾ ਪ੍ਰਾਈਸ ਨਹੀਂ ਦੱਸਿਆ ਹੋਇਆ ਤਾਂ ਜੀ ਤੁਸੀਂ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਤੁਸੀਂ ਮੈਸੇਜ ਕਰ ਦੇਣਾ। ਨਾਲ ਤੁਸੀਂ ਇਹ ਜ਼ਰੂਰ ਲਿਖਣਾ ਕਿ ਇਸ ਸੂਟ ਦੇ ਬਾਰੇ ਵਿੱਚ ਤੁਹਾਨੂੰ ਕੀ ਇਨਫੋਰਮੇਸ਼ਨ ਚਾਹੀਦੀ ਹੈ। ਤੁਹਾਨੂੰ ਪ੍ਰਾਈਸ ਦਾ ਪਤਾ ਨਹੀਂ ਲੱਗਿਆ ਜਾਂ ਤੁਹਾਨੂੰ ਸਟਾਫ ਦਾ ਪਤਾ ਨਹੀਂ ਚੱਲਿਆ, ਹੈ ਨਾ, ਜਾਂ ਅਵੇਲੇਬਿਲਿਟੀ ਤੁਸੀਂ ਪੁੱਛਣੀ ਹੈ, ਤਾਂ ਉਸ ਚੀਜ਼ ਨੂੰ ਤੁਸੀਂ ਕਲੀਅਰਲੀ ਮੈਂਸ਼ਨ ਕਰ ਦੇਣਾ। ਹਾਂਜੀ, ਪਹਿਲਾਂ ਆਪਾਂ ਅੱਜ ਦੀ ਸਟਾਰਟਿੰਗ ਕਰਨ ਲੱਗੇ ਹਾਂ ਪਾਰਟੀ ਵੀਅਰ ਜਿਹੜੇ ਹੈਗੇ ਆ ਡਿਜ਼ਾਈਨਰ ਸੂਟਸ ਤੋਂ ਵੈਲਵਟ ਦੇ, ਤਾਂ ਪਿਓਰ ਵੈਲਵਟ ਦੇ ਉੱਪਰ ਬਣਿਆ ਹੋਇਆ ਇਹ ਸੂਟ ਆ। ਆਪਾਂ ਪਹਿਲਾਂ ਜਿਹੜੇ ਪਿਓਰ ਵੈਲਵਟ ਦੇ ਸੂਟਸ ਲੈ ਕੇ ਆਏ ਸੀਗੇ, ਇਸੇ ਤਰ੍ਹਾਂ ਹੀ ਡਿਜ਼ਾਈਨਰ ਪੀਸਸ ਲੈ ਕੇ ਆਏ ਸੀ, ਉਹਨਾਂ ਦੇ ਵਿੱਚ ਪਿਓਰ ਵੈਲਵਟ ਦੀ ਸ਼ਰਟ ਸੀ ਤੇ ਨਾਲ ਪਸ਼ਮੀਨੇ ਦੀਆਂ ਬੋਟਮ ਸੀਗੀਆਂ, ਠੀਕ ਹੈ ਜੀ। ਪਰ ਇਸ ਵਾਰ ਆਪਾਂ ਜਿਹੜਾ ਕਨਸੈਪਟ ਹੈਗਾ ਚੇਂਜ ਕੀਤਾ, ਇਹ ਹੈਗਾ ਜੀ ਤੁਹਾਡੀ ਸ਼ਰਟ ਦਾ ਪੈਟਰਨ, ਇੱਕ ਮਿੰਟ, ਇਸ ਤਰ੍ਹਾਂ ਦੀ, ਠੀਕ ਹੈ। ਇਹ ਸੈਂਟਰ ਆਉਣਾ ਸ਼ਰਟ ਦਾ, ਤੁਹਾਡੀ ਦਾ ਸੈਂਟਰ ਦੇ ਵਿੱਚ ਆ ਜਾਣਾ ਇਹ ਜੋ ਇਹ ਟ੍ਰੀ ਬਣਿਆ ਹੋਇਆ, ਠੀਕ ਹੈ। ਤਾਂ ਇਹ ਹੈਗਾ ਜੀ ਤੁਹਾਡੀ ਜਿਹੜਾ ਸ਼ਰਟ ਦਾ ਬਾਰਡਰ ਘੇਰਾ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ, ਤੇ ਜਿਹੜਾ ਇਹ ਵਾਲਾ ਸਾਈਡ ਤੇ ਬਾਰਡਰ ਦਿੱਤਾ ਹੋਇਆ ਜੀ, ਇਸ ਨੂੰ ਆਪਾਂ ਬਾਜੂ ਤੇ ਅਟੈਚ ਕਰ ਸਕਦੇ ਹਾਂ, ਠੀਕ ਹੈ। ਇਸ ਦੀ ਆਪਾਂ ਤੁਹਾਨੂੰ ਪਿਕਚਰ ਵੀ ਦਿਖਾਉਣੀ ਹੈ ਕਿ ਸੂਟ ਕਿੱਦਾਂ ਬਣਦਾ। ਅੱਛਾ, ਜਿਹੜਾ ਹੁਣ ਚੀਜ਼ ਹੈਗੀ ਇਸ ਦੇ ਨਾਲ ਆਪਾਂ ਇਹ ਵਾਲੀ ਬਰੋਕਟ ਦੀ ਹੈ ਜਿਹੜੀ ਬੋਟਮ ਲਗਾਵਾਂਗੇ। ਪਿਓਰ ਵੈਲਵਟ ਦੀ ਸ਼ਰਟ ਰਹੇਗੀ, ਪਿਓਰ ਬਰੋਕਟ ਦੀ ਹੀ ਹੈਗੀ ਹੈ ਜਿਹੜੀ ਬੋਟਮ ਰਹੇਗੀ। ਜਿਹੜੀ ਪਿਓਰ ਬਰੋਕਟ ਹੁੰਦੀ ਹੈ ਨਾ ਜੀ, ਬਨਾਰਸੀ ਬੋਟਮਸ ਹੁੰਦੀਆਂ ਨੇ ਜੋ, ਇਹ ਪਿਓਰ ਦਾ ਹੁੰਦਾ, ਪ੍ਰੋਪਰ ਫਿਨਿਸ਼ਿੰਗ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਉਹ ਧਾਗੇ ਜੀ ਨਹੀਂ ਦਿਖਦੇ ਹੁੰਦੇ, ਤੇ ਤੁਸੀਂ ਸਟਾਲ ਦੇਖੋ ਕਿੱਡਾ ਸੋਹਣਾ ਬਣਿਆ ਹੋਇਆ, ਬਹੁਤ ਹੀ ਵਧੀਆ ਬਣਿਆ ਹੋਇਆ ਸਟਾਲ। ਇੱਕ ਸਾਈਡ ਤੇ ਹੈਗੇ ਆ ਜਿਹੜੀ ਇਹ ਵਾਲੀ ਕਿਨਾਰੀ ਲੱਗੀ ਹੋਈ ਹੈ, ਤੇ ਲੰਬੇ ਪੱਲਿਆਂ ਦੇ ਉੱਪਰ ਉਹੀ ਬਾਰਡਰ ਹੈਗਾ ਜਿਹੜਾ ਉਹ ਬਣਿਆ ਹੋਇਆ ਪ੍ਰੋਪਰ, ਮਤਲਬ ਕਿ ਫਿਨਿਸ਼ਿੰਗ ਦੇ ਨਾਲ ਇਹ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ। ਪ੍ਰੋਪਰ ਡਿਜ਼ਾਈਨਿੰਗ ਹੈਗੀ ਹੈ, ਸਾਰੇ ਸਟਾਲ ਦੇ ਵਿੱਚ ਬਣੀ ਹੋਈ ਹੈ, ਪਿਓਰ ਵੈਲਵਟ ਦਾ ਹੀ ਜੋ ਸਟਾਲ ਹੈ ਜੀ, ਕਲਰ ਇਹਦਾ ਗ੍ਰੀਨ ਹੈ ਜੀ। ਨੈਕਸਟ ਇਸ ਦੇ ਵਿੱਚ ਇਹ ਵਾਲਾ ਹੈਗਾ ਕਲਰ, ਮਸਟਰਡ ਕਲਰ ਹੈ, ਤੇ ਬਹੁਤ ਹੀ ਸੋਹਣੀ ਟੋਨ ਹੈ ਜੀ। ਅਸੀਂ ਐਗਜੈਕਟ ਕਲਰ ਤੁਹਾਨੂੰ ਸ਼ੋ ਹੋ ਰਿਹਾ ਪਿਓਰ ਵੈਲਵਟ ਦਾ, ਅਗੇਨ ਉਹੀ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ। ਇਹ ਰਹਿ ਜਾਣਾ ਜੀ ਸ਼ਰਟ ਦਾ ਪੈਟਰਨ, ਤੇ ਇਹ ਵਾਲਾ ਜਿਹੜਾ ਬਾਰਡਰ ਹੈ ਇਹ ਬਾਜੂ ਦੇ ਉੱਪਰ ਅਟੈਚ ਹੋ ਜਾਣਾ। ਇਹ ਹੈਗਾ ਬੋਟਮ ਦਾ ਸਟਫ ਜੀ, ਇਹ ਸਟਾਲ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਜਿਹੜਾ ਸਟਾਲ ਬਣਿਆ ਹੋਇਆ। ਕਲਰਸ ਬਹੁਤ ਜ਼ਿਆਦਾ ਪਿਆਰੇ ਨੇ ਜੀ ਇਹਨਾਂ ਦੇ। ਹਾਂਜੀ, ਨੈਕਸਟ ਇਹ ਹੈਗਾ ਅਨੀਅਨ ਸ਼ੇਡ ਦੇ ਉੱਪਰ ਸੀ ਗ੍ਰੀਨ ਕਲਰ ਲੱਗਿਆ ਹੋਇਆ ਨਾਲ, ਠੀਕ ਹੈ ਜੀ। ਇਹ ਹੈਗਾ ਫਰੰਟ ਸ਼ਰਟ ਦਾ, ਅਗੇਨ ਤੁਹਾਡੀ ਬਾਜੂ ਤੇ ਆ ਜਾਣਾ, ਨਾਲ ਲੱਗੀ ਹੋਈ ਹੈ ਬਨਾਰਸੀ ਬੋਟਮ ਅਨੀਅਨ ਕਲਰ ਦੀ। ਇਹ ਰਹਿਣਾ ਜੀ ਨਾਲ ਸਟਾਪ, ਇਸ ਤਰ੍ਹਾਂ
ਇਹ ਹੈਗਾ ਸੀ ਇਹਦਾ ਸਟਾਈਲ, ਜਿਸ ਤਰ੍ਹਾਂ ਸੂਟ ਬੰਨ ਹੈ ਲੁੱਕ ਦਾ ਹੈਗਾ ਜਿਹੜਾ ਤੁਹਾਨੂੰ ਪਤਾ ਚੱਲ ਜਾਂਦਾ। ਜੋ ਲੇਸ ਨਾਲ ਦਿੱਤੀ ਹੋਈ ਆ ਉਹ ਇਹਨਾਂ ਨੇ ਜਿੱਦਾਂ ਬੋਟਮ 'ਤੇ ਇੰਸਰਟ ਕੀਤੀ ਹੋਈ ਹੈ, ਤੁਸੀਂ ਜਿੱਥੇ ਮਰਜ਼ੀ ਉਸ ਨੂੰ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ, ਇਸ ਤਰ੍ਹਾਂ ਦੇ ਨਾਲ ਇਹ ਲੇਸ ਵੀ ਹੈ ਜਿਹੜੀ ਤੁਹਾਨੂੰ ਨਾਲ ਹੀ ਮਿਲਣੀ ਹੈ ਜੀ। ਹਾਂਜੀ, ਅਤੇ ਨੈਕਸਟ ਇਹ ਹੈਂਡ ਐਮਬਰਾਇਡਰੀ ਦਾ ਸੂਟ ਹੈ, ਇਹ ਆਪਾਂ ਜੋਰਜੈਟ ਦੇ ਉੱਪਰ ਰੈਡੀ ਕੀਤਾ ਜੀ। ਠੀਕ ਹੈ, ਫਾਈਨ ਕੁਆਲਿਟੀ ਦੀ ਜਿਹੜੀ ਜੋਰਜੈਟ ਯੂਜ਼ ਹੋਈ ਹੈ, ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਇਸਨੂੰ ਰੈਡੀ ਕਰਵਾ ਸਕਦੇ ਹੋ। ਪੂਰਾ ਹੈਵੀ ਡਿਜ਼ਾਈਨ ਬਣਿਆ ਹੋਇਆ ਜੀ, ਦਬਕੇ ਦਾ ਕੰਮ ਹੈ, ਕਟਨਾਣਾ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ, ਤੇ ਕਲਰਫੁੱਲ ਹੈਗੀ ਜਿਹੜੀ ਆਪਾਂ ਇਸਦੇ ਵਿੱਚ ਸਿੱਪੀ ਯੂਜ਼ ਕੀਤੀ ਹੋਈ ਹੈ। ਠੀਕ ਹੈ, ਤਾਂ ਇਹ ਸਾਰਾ ਕੰਮ ਹੈਗਾ ਜਿਹੜਾ ਤੁਸੀਂ ਗੋਲਡਨ ਵੀ ਕਰਵਾ ਸਕਦੇ ਹੋ, ਤੁਹਾਡੇ ਤੇ ਡਿਪੈਂਡ ਹੈਗਾ ਕਿ ਤੁਸੀਂ ਕਿੱਦਾਂ ਚੀਜ਼ਾਂ ਨੂੰ ਲਾਈਕ ਕਰਦੇ ਹੋ। ਇਸ ਤਰ੍ਹਾਂ ਦੇ ਨਾਲ ਨੈਕ ਬਣਿਆ ਹੋਇਆ, ਇਹ ਹੈਗਾ ਬਾਜੂ ਦਾ ਡਿਜ਼ਾਈਨ, ਇਹਦਾ ਡਿਜ਼ਾਈਨ ਹੈ ਜੀ ਜਿਹੜਾ ਇਹ ਅਸੀਂ ਬੋਟਮ ਦੇ ਉੱਪਰ ਆਉਂਦਾ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਸੂਟ ਹੈ ਸਾਰਾ ਇਹ ਪੂਰਾ ਹੈਵੀ ਲੁੱਕ ਦੇ ਵਿੱਚ ਬਣਦਾ। ਇਸ ਤਰ੍ਹਾਂ ਦੇ ਨਾਲ ਹੈ ਜਿਹੜੀ ਇਸਦੀ ਬੋਟਮ ਬਣੀ ਹੋਈ ਹੈ। ਹਾਂਜੀ, ਤੇ ਨੈਕਸਟ ਇਹ ਆਪਣੇ ਕੋਲ ਪਿਓਰ ਦੇ ਬਨਾਰਸੀ ਸੂਟ ਨੇ, ਦੇਖ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਪ੍ਰੋਪਰ ਇਹ ਜਿਹੜੀ ਹੈਗੀ ਹੈ ਫਿਨਿਸ਼ਿੰਗ ਹੁੰਦੀ ਹੈ ਜੀ ਇਹਨਾਂ ਤੇ। ਠੀਕ ਹੈ, ਇਹ ਗੋਲਡਨ ਤੇ ਨਾ ਲਾਈਟ ਜੇ ਅਨੀਅਨ ਦਾ ਜੋ ਇਹ ਤੁਹਾਨੂੰ ਦਿਖ ਰਿਹਾ ਹੈਗਾ ਇਸ ਦਾ ਟੱਚ ਹੈ, ਡਬਲ ਸ਼ੇਡਡ ਨੇ। ਠੀਕ ਹੈ, ਪਿਓਰ ਦੇ ਵਿੱਚ ਨੇ ਜੀ ਇਹ, ਨਾਲ ਆਪਾਂ ਪਿਓਰ ਸਿਲਕ ਦੀ ਹੈਗੀ ਹੈ ਜਿਹੜੀ ਉਹ ਬੋਟਮ ਲਗਾਈ ਹੋਈ ਹੈ, ਪਲੇਨ ਬੋਟਮ ਹੈ। ਇਹ ਰਹਿਣੀ ਹੈ ਜੀ ਤੁਹਾਡੀ ਸ਼ਰਟ, ਤੇ ਇਹ ਹੈਗਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਦੁਪੱਟਾ। ਠੀਕ ਹੈ, ਚਨਾਨ ਦਾ ਜਿਹੜਾ ਹੈਗਾ ਦੁਪੱਟਾ ਲੱਗਿਆ ਹੋਇਆ, ਤੇ ਇਸ ਤਰ੍ਹਾਂ ਦੇ ਨਾਲ ਸੂਟ ਦੇ ਨਾਲ ਦੀ ਪੱਟੀ ਲਗਾ ਕੇ ਅਸੀਂ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਆਲਰੇਡੀ। ਆਪਾਂ ਇਸ ਤੇ ਤੁਹਾਨੂੰ ਕਲਰਸ ਦਿਖਾਉਣੇ ਆ। ਹਾਂਜੀ, ਤੇ ਨੈਕਸਟ ਇਹ ਵਾਲਾ ਇਸ ਦੇ ਵਿੱਚ ਯੈਲੋ ਕਲਰ ਹੈ, ਇਸ ਕਲਰ ਦੀ ਵੀ ਗ੍ਰੇਸ ਬਹੁਤ ਜ਼ਿਆਦਾ ਹੈ ਜੀ। ਠੀਕ ਹੈ ਜੀ, ਇਸ ਦੇ ਨਾਲ ਵੀ ਇਸ ਤਰ੍ਹਾਂ ਦੇ ਨਾਲ ਪਿਓਰ ਸਿਲਕ ਦੀ ਹੈਗੀ ਹੈ ਜਿਹੜੀ ਉਹ ਬੋਟਮ ਲੱਗੀ ਹੋਈ ਹੈ, ਤੇ ਇਹ ਰਹਿਣਾ ਜੀ ਨਾਲ ਦੁਪੱਟਾ, ਬਨਾਰਸੀ ਦੁਪੱਟਾ ਰਹੇਗਾ ਇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਦੇ ਨਾਲ। ਹਾਂਜੀ, ਤੇ ਨੈਕਸਟ ਇਹ ਵਾਲਾ ਹੈਗਾ ਗ੍ਰੀਨ ਕਲਰ ਦੇ ਵਿੱਚ। ਠੀਕ ਹੈ, ਸਾਰਿਆਂ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਬਾਰਡਰ ਤੇ ਪੱਟੀ ਲੱਗੀ ਹੋਈ ਹੈ, ਨਾਲ ਸਿਲਕ ਦੀਆਂ ਸਲਵਾਰਾਂ ਲੱਗੀਆਂ ਹੋਈਆਂ ਨੇ, ਤੇ ਬਨਾਰਸੀ ਦੁਪੱਟੇ ਲੱਗੇ ਹੋਏ ਪ੍ਰੋਪਰ ਫਿਨਿਸ਼ਿੰਗ ਦੇ ਨਾਲ। ਜਿਹੜਾ ਵੀ ਕਲਰ ਪਸੰਦ ਆਉਂਦਾ ਜੀ, ਬਸ ਸਕਰੀਨਸ਼ਾਟ ਲੈ ਕੇ ਸੈਂਡ ਕਰਦੇ ਜਾਓ। ਨੈਕਸਟ ਇਹ ਵਾਲਾ ਹੈਗਾ ਜੀ ਰਸਟ ਸ਼ੇਡ ਦੇ ਵਿੱਚ, ਇਹਨਾਂ ਸੂਟ ਸੀ ਤੁਹਾਨੂੰ ਬਹੁਤ ਟਾਈਮ ਤੋਂ ਵੇਟ ਸੀਗੀ ਕਿ ਪਿਓਰ ਦੇ ਸੂਟਸ ਆਉਣਗੇ, ਤਾਂ ਇਸ ਦੇ ਵਿੱਚ ਹੁਣ ਹਰ ਤਰ੍ਹਾਂ ਦਾ ਕਲਰ ਹੈਗਾ ਜੀ, ਜਿਹੜਾ ਕਲਰ ਆਪਸ਼ਨ ਹੈਗੀ ਆਪਾਂ ਨੂੰ ਮਿਲਦੀ ਹੈ, ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਈ ਜਾਂਦਾ ਤੁਸੀਂ ਉਹ ਆਪਣੇ ਲਈ ਸਿਲੈਕਟ ਕਰਦੇ ਜਾਓ। ਪਲੇਨ ਸਿਲਕ ਦੀਆਂ ਬੋਟਮਸ ਦੇ ਨਾਲ ਨੇ ਜੀ, ਵਾਰ ਵਾਰ ਰਿਪੀਟ ਕਰ ਰਹੇ ਹਾਂ ਸਟੱਫ ਦੇ ਬਾਰੇ ਵਿੱਚ। ਠੀਕ ਹੈ, ਅਤੇ ਇਸ ਤਰ੍ਹਾਂ ਦੇ ਨਾਲ ਦੁਪੱਟੇ ਲੈਣੇ। ਮਜੈਂਟਾ ਸ਼ੇਡ ਦੇ ਵਿੱਚ ਜੀ, ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਇਹ ਬੋਟਮ ਰਹੇਗੀ, ਸ਼ਰਟ ਹੈ, ਇਹ ਰਹਿਣਾ ਜੀ ਦੁਪੱਟਾ। ਹਾਂਜੀ,
ਨੈਕਸਟ ਹੈਗਾ ਇਹ ਵਾਲਾ ਸੂਟ, ਬਹੁਤ ਹੀ ਜ਼ਿਆਦਾ ਸੌਫਟ ਸਿਲਕ ਦੇ ਉੱਪਰ ਬਣਿਆ ਹੋਇਆ ਜੀ। ਇਹ ਹੈਗਾ ਬਾਰਡਰ, ਇਹ ਸਾਰੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪੈਟਰਨ ਬਣਿਆ ਹੋਇਆ। ਪਾਰਟੀ ਵੀਅਰ ਸੂਟਸ ਨੇ ਹਾਂਜੀ, ਅਤੇ ਇਹ ਲੱਗੀ ਹੋਈ ਹੈ ਨਾਲ ਕਰੇਪ ਦੀ ਬੋਟਮ, ਇਸ ਦੇ ਨਾਲ ਇਹ ਵਾਲਾ ਰਹਿਣਾ ਹੈ ਦੁਪੱਟਾ, ਠੀਕ ਹੈ ਜੀ। ਹਾਂਜੀ ਨੈਕਸਟ ਇਹ ਵਾਲਾ ਸੂਟ ਆ, ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਘੇਰਾ, ਦੈਨ ਇਹ ਬਣਿਆ ਹੋਇਆ ਨੈਕ ਇਸ ਦਾ, ਠੀਕ ਹੈ। ਸਾਰਾ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ। ਇਹ ਹੈ ਜੀ ਨਾਲ ਪਲੇਨ ਬੋਟਮ, ਅਤੇ ਇਹ ਰਹੇਗਾ ਦੁਪੱਟਾ। ਇਹ ਸੂਟਸ ਆਪਾਂ ਪਹਿਲਾਂ ਵਾਈਟ ਕਲਰ ਦੇ ਵਿੱਚ ਲੈ ਕੇ ਆਏ ਸੀ, ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ ਦੁਪੱਟੇ 'ਤੇ। ਹਾਂਜੀ ਨੈਕਸਟ ਇਹ ਵਾਲਾ ਸੂਟ ਆ, ਇਹ ਪਲੇਨ ਬੋਟਮ ਰਹੇਗੀ, ਇਹ ਵਾਲੀ ਸ਼ਰਟ ਰਹੇਗੀ ਇਸ ਤਰ੍ਹਾਂ ਦੇ ਨਾਲ, ਨੈਕ ਬਣਿਆ ਹੋਇਆ ਘੇਰਾ ਬਣਿਆ ਹੋਇਆ, ਇਹ ਰਹਿਣਾ ਹੈ ਜੀ ਦੁਪੱਟਾ। ਇਹ ਸਾਰਾ ਬਨਾਰਸੀ ਸਟੱਫ ਰਹੇਗਾ ਇਸ ਤਰ੍ਹਾਂ ਦੇ ਨਾਲ। ਹਾਂਜੀ ਅਤੇ ਨੈਕਸਟ ਇਹ ਵਾਲਾ ਸੂਟ ਹੈਗਾ, ਬੜਾ ਹੀ ਸੋਹਣਾ ਜਿਹਾ ਗ੍ਰੀਨ ਕਲਰ ਹੈ, ਠੀਕ ਹੈ। ਡਿਜ਼ਾਇਨਿੰਗ ਸਾਰਿਆਂ ਦੇ ਵਿੱਚ ਸੇਮ ਹੀ ਬਣੀ ਹੋਈ ਹੈ, ਪਲੇਨ ਬੋਟਮਸ ਦੇ ਨਾਲ ਨੇ। ਵੈਸੇ ਤੁਹਾਨੂੰ ਐਮਬਰਾਇਡਰੀ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ, ਅਤੇ ਵਧੀਆ ਤੁਹਾਡਾ ਹੈਗਾ ਜਿਹੜਾ ਪਾਰਟੀ ਵੀਅਰ ਸੂਟ ਆ, ਕਹਿ ਲਓ ਬਸ ਰੈਡੀ ਹੈ, ਇਸਨੂੰ ਜਸਟ ਤੁਸੀਂ ਸਟਿਚ ਕਰਵਾ ਕੇ ਵੀਅਰ ਕਰਨਾ ਹੈ। ਹਾਂਜੀ ਅਤੇ ਹੈਗਾ ਲਾਈਟ ਲੈਮਨ ਸ਼ੇਡ, ਠੀਕ ਹੈ। ਸਾਰੇ ਮਤਲਬ ਇਸ ਦੇ ਵਿੱਚ ਨਾ ਆਈਸਕ੍ਰੀਮ ਜਾਂ ਚਾਟ ਹੀ ਹੈ, ਸਾਰੇ ਲਾਈਟ ਲਾਈਟ ਸ਼ੇਡ ਨੇ। ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਹੈਗਾ ਜਿਹੜਾ ਚੀਜ਼ਾਂ ਨੂੰ ਸਿਲੈਕਟ ਕਰ ਸਕਦੇ। ਪਲੇਨ ਬੋਟਮ ਰਹੇਗੀ ਜੀ, ਅਤੇ ਨਾਲ ਇਹ ਵਾਲਾ ਰਹੇਗਾ ਦੁਪੱਟਾ। ਹਾਂਜੀ ਨੈਕਸਟ ਇਹ ਵਾਲਾ ਹੈਗਾ ਟਾਈ ਡਾਈ ਦਾ ਪੈਟਰਨ ਹੈ, ਇਹ ਹੈਗੀ ਹੈ ਜੀ ਇਸ ਦੀ ਬੋਟਮ, ਤੇ ਸੇਮ ਹੀ ਟਾਈ ਡਾਈ ਹੈਗਾ ਜਿਹੜਾ ਇਸ ਦਾ ਰਹੇਗਾ ਦੁਪੱਟਾ। ਜਿਹੜਾ ਦੁਪੱਟਾ ਹੈ ਜੀ ਇਹ ਸੌਫਟ ਔਰਗੈਂਜ਼ਾ ਦੇ ਉੱਪਰ ਬਣਿਆ ਹੋਇਆ, ਇਸ 'ਤੇ ਆਪਾਂ ਤੁਹਾਨੂੰ ਕਲਰਸ ਦਿਖਾਉਣੇ ਆ। ਹਾਂਜੀ ਨੈਕਸਟ ਇਹ ਵਾਲਾ ਕਲਰ ਹੈ, ਠੀਕ ਹੈ, ਪਰਪਲ ਕਲਰ। ਉਸ ਤੋਂ ਬਾਅਦ ਦੇ ਵਿੱਚ ਇਹ ਤੁਹਾਡੇ ਕੋਲ ਜ਼ਿਆਦਾ ਹੀ ਮਤਲਬ ਡਾਰਕ ਕਲਰ ਆ ਰਹੇ ਨੇ, ਲਾਈਟ ਸ਼ੇਡ ਨੇ, ਲਾਈਟ ਫਰੋਜ਼ੀ ਕਲਰ ਹੈ। ਲਾਈਟ ਹੀ ਹੈਗਾ ਜਿਹੜਾ ਪੈਰਟ ਗ੍ਰੀਨ ਕਲਰ ਹੈ। ਇਹ ਵਾਲੇ ਕਲਰ ਦੀ ਰਹੇਗੀ ਬੋਟਮ ਨਾਲ, ਅਤੇ ਇਸ ਤਰ੍ਹਾਂ ਦੇ ਨਾਲ ਹੀ ਇਹ ਰਹੇਗਾ ਦੁਪੱਟਾ, ਠੀਕ ਹੈ ਜੀ। ਇਹ ਬਹੁਤ ਹੀ ਜ਼ਿਆਦਾ ਸੋਹਣੀ ਚੀਜ਼ ਬਣੀ ਹੋਈ ਹੈ। ਹਾਂਜੀ ਅਤੇ ਨੈਕਸਟ ਇਸ ਦੇ ਵਿੱਚ ਇਹ ਵਾਲਾ ਯੈਲੋ ਕਲਰ ਹੈ, ਪਿੰਕ ਐਂਡ ਬਲੂ ਸ਼ੇਡ, ਪਾਊਡਰ ਬਲੂ, ਠੀਕ ਹੈ। ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨਸ ਨੇ ਜੀ।
येलो कलर दी रहेगी बॉटम एंड ये रहेगा दुपट्टा। ठीक है जी, फिर अज आप तुहानू काफी अलग अलग तरह के सूट्स दिखा दिते ने अज वाली वीडियो दे विच इन्ने सूट्स। फिर मिलांगे आपां सोहने सोहने सूटां दी एक नवी वीडियो दे नाल। तद तक तुसीं इन्हां सूट्स से ऑर्डर करो बुक। अगर तुसीं चैनल ते नवे हो तां चैनल नूं सबसक्राइब जरूर कर लियो जी। वीडियो वधिया लगदी हुंदी है तां लाइक शेयर जरूर करिया करो।